नमस्कार, आप देख रहे हैं सिटी हलचल। मैं संजना चोपड़ा। शुरू करते हैं आज की खबरों का सिलसिला। नमस्कार दोस्तों, मैं अशोक चोपड़ा, तुम देख रहे हो सिटी हलचल। जिदा कि तुम्हें पता ही है कि शहर की हर छोटी बड़ी अपडेट लैके सब तो पहले थोड़े सामने रूबरू होंगे। तो अज की सब तो बड़ी अपडेट है कि तुम्हें पता ही है कि 31 तारीक की देर शाम तो एक बच्चा पटोली पिंड तो लापता होया सी, अभिजोत। उहदे जिहड़े साइकल ते चप्पलां नंगल डैम पुल तो मिलियां सी, इसी करके जिहड़ा सर्च अभियान विशेष परमिशन लैके नंगल डैम तो चलाया जा रहा। ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਸਿਟੀ ਹਲਚਲ, ਸਿਰਫ ਸਿਟੀ ਹਲਚਲ 'ਤੇ। ਇਹ ਜਿਹੜਾ ਸਰਚ ਅਭਿਆਨ ਹੈ ਨੰਗਲ ਡੈਮ 'ਤੇ ਚਲਾਇਆ ਜਾ ਰਿਹਾ। ਲਿਖਤ ਪਰਮਿਸ਼ਨ ਲਿੱਤੀ ਗਈ ਸੀਗੀ BBMB ਦੇ ਚੀਫ ਵੱਲੋਂ ਕਿ ਜਿਹੜਾ ਬੱਚੇ ਨੂੰ ਲੱਭਣ ਵਾਸਤੇ, ਕਿਉਂਕਿ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੱਚੇ ਦੇ ਜਿਹੜੇ ਸਾਈਕਲ ਔਰ ਚੱਪਲਾਂ ਜਿਹੜੀਆਂ ਉਹ ਨੰਗਲ ਡੈਮ ਤੋਂ ਮਿਲੀ, ਅਤੇ ਬਿਲਕੁਲ ਜੀ ਜਿਹੜੀ ਸਪੈਸ਼ਲ ਪਰਮਿਸ਼ਨ ਲਿੱਤੀ ਗਈ ਸੀਗੀ ਚੀਫ ਸਾਹਿਬ ਤੋਂ, ਤਾਂ ਕਿ ਕਿਸ਼ਤੀ ਦੇ ਨਾਲ ਉਸ ਬੱਚੇ ਨੂੰ ਲੱਭਣ ਵਾਸਤੇ ਸਰਚ ਅਭਿਆਨ ਨੰਗਲ ਡੈਮ ਤੋਂ ਚਲਾਇਆ ਜਾਵੇ, ਕਿਉਂਕਿ ਨੰਗਲ ਡੈਮ 'ਤੇ ਹੀ ਉਸ ਬੱਚੇ ਦੀਆਂ ਸਾਈਕਲ ਅਤੇ ਚੱਪਲਾਂ ਬਰਾਮਦ ਹੋਈਆਂ ਸੀਗੀਆਂ। ਉਹਨੂੰ ਦੇਖਦੇ ਹੋਏ ਜਿਹੜਾ ਸਰਚ ਅਭਿਆਨ ਹੈ ਉਹ ਨੰਗਲ ਡੈਮ ਤੋਂ ਚਲਾਇਆ ਗਿਆ ਹੈ, ਅਤੇ ਕਮਲਪ੍ਰੀਤ ਗੋਤਾਖੋਰ ਦੀ ਜਿਹੜੀ ਟੀਮ ਹੈ ਉਹ ਲਗਾਤਾਰ ਸਰਚ ਅਭਿਆਨ ਚਲਾਏ ਹੋਏ ਹੈ। ਹਾਲਾਂਕਿ 1 ਤਰੀਕ ਤੋਂ ਇਹਨਾਂ ਨੇ ਆਪਣਾ ਸਰਚ ਅਭਿਆਨ ਸ਼ੁਰੂ ਕੀਤਾ ਸੀਗਾ। ਸਰਚ ਅਭਿਆਨ ਕਰਨ ਤੋਂ ਬਾਅਦ ਲੇਕਿਨ 2-3 ਦਿਨ ਕੁਛ ਪਤਾ ਨਹੀਂ ਲੱਗਿਆ, 3 ਤਰੀਕ ਹੋ ਚੁੱਕੀ ਹੈ। ਤੁਸੀਂ ਇਹ ਦੇਖ ਸਕਦੇ ਹੋ ਕਿ ਪਰਿਵਾਰ ਦੇ ਜਿਹੜੇ ਲੋਕ ਹੈ ਇਹ ਮੌਕੇ 'ਤੇ ਮੌਜੂਦ ਹੈ। ਜ਼ੂਮ ਕਰਕੇ ਦਿਖਾਉਣਾ ਤੁਹਾਨੂੰ, ਇਹ ਦੇਖੋ ਸਾਰੇ ਪਰਿਵਾਰ ਦੇ ਲੋਕ ਔਰ ਗੋਤਾਖੋਰਾਂ ਦੀਆਂ ਟੀਮਾਂ ਇੱਥੇ ਜੁਟੀਆਂ ਹੋਈਆਂ। ਹਾਲਾਂਕਿ ਇੱਕ ਕਿਸ਼ਤੀ ਲੈ ਕੇ ਗੋਤਾਖੋਰਾਂ ਦੀ ਟੀਮ ਸਤਲੁਜ ਦਰਿਆ ਦੇ ਵਿੱਚ ਜਾ ਚੁੱਕੀ ਹੈ, ਅਤੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਸਿਟੀ ਹਲਚਲ 'ਤੇ। ਸਭ ਤੋਂ ਪਹਿਲਾਂ ਚੈਨਲ ਸਿਟੀ ਹਲਚਲ ਜਿਹੜਾ ਤੁਹਾਨੂੰ ਇਸ ਪੂਰੀ ਕਵਰੇਜ ਦੀ ਲਾਈਵ ਕਵਰੇਜ ਦਿਖਾ ਰਿਹਾ। ਅਤੇ ਮੈਂ ਹੋਰ ਥੋੜ੍ਹਾ ਜਿਹਾ ਅੱਗੇ ਚੱਲ ਜਾਂਦਾ, ਅੱਗੇ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ। ਪਰ ਜਿਹੜੇ ਸਾਡੇ ਦਰਸ਼ਕ ਜੁੜੇ ਹੋਏ ਆ, ਸ਼ੇਅਰ ਮਾਰੋ ਨਾਲ ਦੀ ਨਾਲ, ਤਾਂ ਕਿ ਅਗਰ ਬੱਚਾ ਕਿਤੇ ਹੋਰ ਵੀ ਹੈ ਤਾਂ ਵੀ ਉਹਦੇ ਪਰਿਵਾਰ ਨੂੰ ਉਹ ਬੱਚੇ ਤੱਕ ਪਹੁੰਚਾਉਣ 'ਚ ਮਦਦ ਕੀਤੀ ਜਾਵੇ। ਇਹੀ ਉਦੇਸ਼ ਹੈ ਸਿਟੀ ਹਲਚਲ ਦਾ ਵੀ। ਅਤੇ ਦੇਖ ਸਕਦੇ ਹੋ ਤੁਸੀਂ ਨੰਗਲ ਡੈਮ ਦੇ ਉੱਤੇ ਸਰਚ ਅਭਿਆਨ ਚੱਲਿਆ ਜੀ, ਤਾਂ ਕਿ ਬੱਚੇ ਨੂੰ ਲੱਭਿਆ ਜਾ ਸਕੇ। ਤੁਸੀਂ ਇਹ ਦੇਖ ਸਕਦੇ ਹੋ ਪਰਿਵਾਰਕ ਲੋਕ ਉਮੀਦ ਦੀ ਨਿਗਾਹ ਨਾਲ ਸਤਲੁਜ ਦਰਿਆ ਦੇ ਕੰਢੇ ਬੈਠੇ ਹੋਏ ਆ ਕਿ ਬੱਚਾ ਚਾਹੇ ਜਿਸ ਵੀ ਹਾਲਾਤ 'ਚ ਮਿਲੇ ਉਹ ਬੱਚਾ ਮਿਲ ਜਾਵੇ, ਉਸ ਤੋਂ ਬਾਅਦ ਜੋ ਵੀ ਹੋਵੇ ਹੋਵੇ। ਅਤੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ, ਸ਼ੇਅਰ ਮਾਰ ਦਿਓ ਜੀ ਨਾਲ ਦੀ ਨਾਲ ਕਵਰੇਜ ਨੂੰ। ਦੇਖ ਸਕਦੇ ਹੋ ਤੁਸੀਂ ਗੋਤਾਖੋਰ ਕਿੱਦਾਂ ਜਿਹੜਾ ਲਾਪਤਾ ਬੱਚਾ ਅਭਿਜੋਤ ਨੂੰ ਲੱਭਣ ਦਾ ਪ੍ਰਯਾਸ ਕਰ ਰਿਹਾ ਹੈ, ਅਤੇ ਭਾਰੀ ਸੰਖਿਆ 'ਚ ਜਿਹੜੇ ਲੋਕ ਨੰਗਲ ਡੈਮ ਦੇ ਥੱਲੇ ਜਮ੍ਹਾਂ ਹੋਏ ਪਏ ਹੈ, ਜਿੱਥੇ ਬਾਬਾ ਉਦੂ ਮੰਦਿਰ ਵੀ ਹੈ। ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ। ਗੱਲ ਵੀ ਕਰਾਵਾਂਗੇ ਗੋਤਾਖੋਰਾਂ ਨਾਲ, ਪਰਿਵਾਰ ਦੇ ਸਦੱਸਿਆਂ ਨਾਲ ਵੀ ਗੱਲ ਕਰਾਵਾਂਗੇ ਕੀ ਕਹਿਣਾ ਉਹਨਾਂ ਦਾ,
ਲੇਕਿਨ ਫਿਲਹਾਲ ਕੋਈ ਕਾਮਯਾਬੀ ਮਿਲਦੀ ਨਜ਼ਰ ਨਹੀਂ ਆ ਰਹੀ। ਕੀ ਕਿਹਾ ਬੱਚੇ ਦੇ ਤਾਇਆ ਜੀ ਸੰਤੋਖ ਸਿੰਘ ਨੇ, ਆ ਜੋ ਸੁਣਾਉਂਦੇ ਹਾਂ। ਮੇਰਾ ਭਤੀਜਾ ਜੀ, ਮੇਰੀ ਬੇਨਤੀ ਹੈ ਜੀ, ਜਿਹੜਾ ਇਹ ਪੁਲ ਹੈ ਇਹਦੇ ਕੋਈ ਜਾਲੀ ਵਗੈਰਾ ਲਾਈ ਜਾਵੇ, ਬਿਲਕੁਲ ਸੁਰੱਖਿਅਤ ਨਹੀਂ ਹੈ ਕਿਉਂਕਿ ਇਹ ਪੁਰਾਣਾ ਹੋਣ ਕਰਕੇ ਵੈਸੇ ਵੀ ਜਿਹੜਾ ਸੀਮਿੰਟ ਵਗੈਰਾ ਝੜ ਰਿਹਾ ਉਹਦਾ ਖਤਰਨਾਕ ਹੈ। ਇੱਕ ਜਾਲੀ ਹੋਣ 'ਤੇ ਥੋੜ੍ਹਾ ਬਹੁਤਾ ਇੱਕ ਮਿੰਟ ਦਾ ਗੁੱਸਾ ਹੁੰਦਾ, ਉਹਦੇ ਨਾਲ ਕੰਟਰੋਲ ਬਚਾਅ ਹੋ ਜਾਂਦਾ ਜੀ। ਸੋ ਮੇਰੀ ਇਹ ਸਾਰੇ BBMB ਦੇ ਔਫਿਸਰ ਸਾਹਿਬਾਨ ਅਤੇ ਹੋਰ ਸੀਨੀਅਰ ਅਫਸਰਾਂ ਨੂੰ ਬੇਨਤੀ ਹੈ ਜੀ, ਇੱਥੇ ਜਾਲੀ ਜ਼ਰੂਰ ਲਗਵਾਈ ਜਾਵੇ। ਸਾਡਾ ਤਾਂ ਬੱਚਾ ਦੇਖੋ ਚਲਾ ਗਿਆ ਜੀ, ਅਸੀਂ ਨਹੀਂ ਚਾਹੁੰਦੇ ਕਿਸੇ ਹੋਰ ਦਾ ਵੀ ਇਹੋ ਜਿਹਾ ਹਾਦਸਾ ਹੋਵੇ, ਕਿਸੇ ਦਾ ਬੱਚਾ ਜਾਵੇ ਜੀ। ਕੀ ਕਿਹਾ ਗੋਤਾਖੋਰ ਕਮਲਪ੍ਰੀਤ ਸੈਣੀ ਨੇ, ਆ ਜੋ ਇਹ ਵੀ ਸੁਣਾਉਂਦੇ ਹਾਂ। ਇੱਕ ਨਾਲ ਹੀ ਪਟੋਲੀ ਪਿੰਡ ਪੈਂਦਾ ਨੰਗਲ ਡੈਮ ਦੇ, ਉੱਥੋਂ ਦੇ ਇੱਕ ਮੁੰਡੇ ਨੇ ਲਗਭਗ 12 ਸਾਲ ਉਮਰ ਹੈ, ਉਹਨੇ ਇੱਥੇ ਸਾਹਮਣੇ ਗੇਟਾਂ 26 ਗੇਟ ਹੈ, ਇਹਨਾਂ ਵਿੱਚ ਜਿਹੜਾ ਤੀਜਾ ਗੇਟ ਹੈ ਉਹਦੇ ਵਿੱਚ ਉੱਥੋਂ ਛਾਲ ਮਾਰੀ ਹੈ ਅਤੇ 3 ਦਿਨ ਤੋਂ ਸਰਚ ਕਰ ਰਹੇ ਅਤੇ ਅੱਜ 4th ਦਿਨ ਹੈ। ਅੱਜ ਉਮੀਦ ਹੈ ਕਿ ਬੋਡੀ ਦੇ ਵਿੱਚ ਜਿਹੜੀ ਹੈਗੀ ਹਵਾ ਭਰੂਗੀ ਅਤੇ ਉੱਪਰ ਆਊਂਗੀ। ਸਾਡੇ ਨਾਲ ਬਾਬਾ ਦੀਪ ਸਿੰਘ ਸੇਵਾਦਲ ਸੰਸਥਾ ਗੜ੍ਹਦੀਵਾਲ ਤੋਂ ਵੀ ਇੱਕ ਟੀਮ ਆਈ ਹੋਈ ਹੈ ਅਤੇ ਮੇਰੇ ਨਾਲ ਲਗਭਗ ਮੇਰੀ ਆਪਣੀ ਟੀਮ ਦੇ 12 ਬੰਦੇ ਹੈ ਅਤੇ ਇਹਨਾਂ ਦੇ 7 ਬੰਦੇ, 18 ਬੰਦਿਆਂ ਦੇ ਨਾਲ ਅੱਜ ਸਰਚ ਸ਼ੁਰੂ ਕਰਨੀ ਹੈ। ਉਮੀਦ ਹੈ ਕਿ ਜਿਹੜੀ ਰੈੱਡ ਬੋਡੀ ਆ ਅੱਜ ਫੁੱਲ ਗਈ ਹੋਣੀ ਅਤੇ ਉਹ ਅੱਗੇ ਜਾ ਕੇ ਸਾਨੂੰ ਕਿਤੇ ਮਿਲ ਜਾਣੀ। ਹਾਂਜੀ ਹਾਂਜੀ, ਉੱਥੇ ਲਗਭਗ ਗਹਿਰਾਈ ਹੈਗੀ ਪਾਣੀ ਦੀ ਮੈਕਸੀਮਮ 30 ਫੁੱਟ ਅਤੇ ਥੱਲੇ ਜਿਹੜਾ ਪਾਣੀ ਉਹਦੀ ਵਿਜੀਬਿਲਿਟੀ ਬਹੁਤ ਘੱਟ ਹੈ, ਸਿਲੰਡਰ ਲਗਾ ਕੇ ਲਗਭਗ ਉਹੀ 2-3 ਫੁੱਟ ਤੱਕ ਦਿਖਾਈ ਦਿੰਦਾ ਹੈ। ਪਰ ਜਿੱਥੇ ਸਾਨੂੰ ਸ਼ੱਕ ਸੀਗਾ ਉੱਥੇ ਅਸੀਂ ਸਰਚ ਕਰ ਲਿਆ ਬਰੀਕੀ ਦੇ ਨਾਲ, ਬਾਕੀ ਗੇਟਾਂ ਨਾਲ ਪਾਣੀ ਤੇਜ਼ ਹੈ ਜਿੱਥੇ ਉਹਨੇ ਛਾਲ ਮਾਰੀ ਹੈ ਅਤੇ ਮੈਨੂੰ ਤਾਂ ਐਂ ਲੱਗ ਰਿਹਾ ਕਿ ਜਿਹੜੀ ਡੈੱਡ ਬੋਡੀ ਉੱਥੋਂ ਨਿਕਲ ਗਈ। ਨਹੀਂ, ਛਾਲ ਮਾਰਦੇ ਨਹੀਂ ਦੇਖਿਆ, ਇਹਨਾਂ ਦਾ ਕਹਿਣਾ ਹੈ ਪਰਿਵਾਰ ਦੇ ਮੈਂਬਰਾਂ ਦਾ ਕਿ ਜਿਹੜੇ ਕੈਮਰੇ ਦੋਨਾਂ ਸਾਈਡ ਲੱਗੇ ਹੋਏ ਆ, ਇੱਕ ਕੈਮਰੇ ਦੇ ਵਿੱਚ ਆਉਂਦਾ ਦੇਖਿਆ ਮੁੰਡਾ ਅਤੇ ਦੂਜੇ ਕੈਮਰੇ ਦੇ ਵਿੱਚ ਲੰਘਦਾ ਨਹੀਂ ਦੇਖਿਆ। ਹਾਂ, ਸ਼ੰਕਾ ਹੈ, ਸ਼ੱਕ ਦੇ ਆਧਾਰ 'ਤੇ ਅਤੇ ਹੁਣ ਸਰਚ ਚੱਲ ਰਹੀ ਹੈ। ਚਲੋ, ਉਮੀਦ ਕਰਦੇ ਹਾਂ ਕਿ ਕਿਤੇ ਜਿਹੜਾ ਬੱਚਾ ਸਹੀ ਹੋਵੇ, ਕਿਤੇ ਚਲਾ ਗਿਆ ਹੋਵੇ ਇੱਧਰ ਉੱਧਰ, ਕਿ ਉਹ ਦਰਿਆ ਦੇ ਵਿੱਚ ਨਾ ਹੋਵੇ। ਅਤੇ ਦਰਿਆ ਦੇ ਵਿੱਚ ਅੱਗੇ ਜਾ ਕੇ ਦਰੱਖਤ ਬਹੁਤ ਜ਼ਿਆਦਾ ਗਿਰੇ ਹੋਏ ਆ ਇਹਨਾਂ ਦਰਿਆਵਾਂ ਦੇ ਵਿੱਚ। ਅੱਜ ਇਹ ਜਿਹੜੇ ਜੂਨ ਜੁਲਾਈ ਅਗਸਤ ਮਹੀਨਾ ਹੈ, ਇਹਦੇ ਵਿੱਚ ਸਰਚ ਕਰਨੀ ਬਹੁਤ ਮੁਸ਼ਕਿਲ ਹੁੰਦੀ ਹੈ ਕਿਉਂਕਿ ਪਾਣੀ ਦੇ ਵਿੱਚ ਕੁਛ ਦਿਖਾਈ ਨਹੀਂ ਦਿੰਦਾ, ਬਹੁਤ ਘੱਟ ਦਿਖਾਈ ਦਿੰਦਾ। ਇਸ ਕਰਕੇ ਜਿਹੜੀ ਬੱਚੀ ਆ 16 ਦਿਨ ਤੋਂ ਬਾਅਦ ਮਿਲੀ ਕਿਉਂਕਿ ਉਹ ਥੱਲੇ ਕਿਤੇ ਫਸ ਗਈ ਔਰ ਥੱਲੇ ਜਿਹੜਾ ਹੈਗਾ ਸਿਲੰਡਰ ਕੰਮ ਨਹੀਂ ਕਰਦਾ ਜ਼ਿਆਦਾ, ਪਾਣੀ ਗੰਦਾ ਹੈ, ਪਿੱਛੋਂ ਵਰਖਾ ਦਾ ਪਾਣੀ ਵੀ ਆ ਰਿਹਾ ਹੈ ਅਤੇ ਬਰਫ਼ ਦਾ ਪਾਣੀ ਜਿਹੜਾ ਆ ਰਿਹਾ ਉਹਦੀ ਜਿਹੜੀ ਆਹ 3 ਮਹੀਨੇ ਹੁੰਦੇ ਜੂਨ ਜੁਲਾਈ ਅਗਸਤ, ਇਹਦੇ ਵਿੱਚ ਸਾਨੂੰ ਦਿੱਕਤ ਆਉਂਦੀ ਹੈ ਡੈੱਡ ਬੋਡੀਆਂ ਲੱਭਣ ਦੇ ਵਿੱਚ। 9 ਮਹੀਨੇ ਪਾਣੀ ਸਾਫ਼ ਰਹਿੰਦਾ ਹੈ ਅਤੇ 3 ਮਹੀਨੇ 'ਚ ਪਾਣੀ ਗੰਦਾ ਹੁੰਦਾ ਹੈ। ਕੀ ਕਿਹਾ ਬਾਬਾ ਦੀਪ ਸਿੰਘ ਸੇਵਾ ਦਲ ਦੇ ਮਨਜੋਤ ਸਿੰਘ ਨੇ, ਇਹ ਵੀ ਸੁਣੋ। ਮੇਰਾ ਨਾਮ ਮਨਜੋਤ ਸਿੰਘ ਤਲਵੰਡੀ, ਸਾਡੀ ਸਪੈਸ਼ਲ ਆਏ ਹੋ ਤੁਸੀਂ ਵੀ ਗੜ੍ਹਦੀਵਾਲ ਤੋਂ? ਹਾਂਜੀ, ਅਕਸਰ ਇਹੀ ਸੇਵਾ ਕਰਦੇ ਆਏ ਹੋ? ਹਾਂਜੀ, ਕੀ ਲੱਗਦਾ ਤੁਸੀਂ ਬੋਰਡ ਲੈ ਕੇ ਨਾਲ ਆਏ ਹੋ? ਹਾਂਜੀ, ਕਮਲਪ੍ਰੀਤ ਸਾਡਾ ਵੀਰ ਆ, ਜਦੋਂ ਵੀ ਕਿਤੇ ਲੋੜ ਪੈਂਦੀ ਵੱਡੀ ਬੋਰਡ ਦੀ ਅਤੇ ਜਾਂ ਕਿਤੇ ਜ਼ਿਆਦਾ ਟੀਮ ਦੀ ਪੈਂਦੀ ਆ ਕਿਉਂਕਿ ਦਿਨ ਬਹੁਤ ਹੋ ਚੁੱਕੇ ਆ, ਦਰਿਆ ਵੀ ਦੇਖਣਾ ਆ, ਅਤੇ ਇਸ ਕਰਕੇ ਫਿਰ ਅਸੀਂ ਜਦੋਂ ਇਹ ਕਾਲ ਕਰਦਾ, ਨਾਲੇ ਪਰਿਵਾਰ ਨਾਲ ਗੱਲ ਹੋਈ, ਇੱਕ ਛੋਟਾ ਬੱਚਾ ਵਿਚਾਰਾ ਪਰਿਵਾਰ ਨੂੰ ਦੇਖ ਕੇ ਉਹਨਾਂ ਦੇ ਨਾ ਬੜੀ ਰੂਹ ਕੰਬਦੀ ਆ। ਜਦੋਂ ਅਸੀਂ ਪਰਿਵਾਰ ਦੀ ਇੰਟਰਵਿਊ ਦੇਖੀ, ਗੱਲ ਕੀਤੀ ਉਹਨਾਂ ਨਾਲ, ਅਤੇ ਸਾਡੇ ਉਹ ਕਹਿੰਦੇ ਵੀ ਅਸੀਂ ਇਹਨਾਂ ਦੀ ਹੈਲਪ ਕਰੀਏ ਜਾ ਕੇ, ਅਤੇ ਅਸੀਂ ਸਾਡੀ ਸਾਰੀ ਟੀਮ ਸਾਡੀ ਆਈ ਹੋਈ ਹੈ, ਸਵੇਰ ਦੀ ਲੱਗੇ ਹੋਏ ਹਾਂ ਗੇਟਾਂ ਦੇ ਲਾਗੇ ਜਿੱਥੇ ਛਾਲ ਮਾਰੀ ਆ। ਤਕਰੀਬਨ ਉੱਥੇ ਕਮਲ ਨੇ ਛਾਣਬੀਣ ਕੀਤੀ ਹੈ, ਪਰ ਉੱਥੇ ਤਕਰੀਬਨ ਬੋਡੀ ਲੱਗਦੀ ਨਹੀਂ ਹੈਗੀ, ਬੋਡੀ ਦਰਿਆ ਨੂੰ ਜਾ ਚੁੱਕੀ ਆ, ਅਤੇ ਇਸ ਕਰਕੇ ਹੁਣ ਸਾਡੀਆਂ ਦੋਨੇ ਵੋਟਾਂ ਜਾ ਰਹੀਆਂ। ਸਰ, ਤੁਹਾਡਾ ਵੀ ਕਾਫੀ ਤਜਰਬਾ ਹੋ ਚੁੱਕਿਆ, ਹਾਂਜੀ, ਲੱਗਦਾ ਜਿਹੜਾ ਕੋਈ ਵੀ ਬੰਦਾ ਡੁੱਬ ਜਾਂਦਾ, ਹਾਂਜੀ, ਕਿੰਨਾ ਟਾਈਮ ਲੱਗ ਜਾਂਦਾ ਉੱਪਰ? ਉੱਪਰ ਦੇਖੋ ਜੀ, ਚੌਥੇ ਜਿਹੜੇ ਹੁਣ
ਸਿਆਲਾਂ ਨੂੰ ਤਾਂ ਦਿਨ ਕਾਫੀ ਲੱਗ ਜਾਂਦੇ ਆ, ਜਿਹੜੇ ਆਹ ਦਿਨਾਂ ਦੇ ਵਿੱਚ ਚੌਥੇ ਕੁ ਦਿਨ ਬੌੜੀ ਜਿਹੜੀ ਉਹ ਤਾਂ ਆ ਜਾਂਦੀ ਆ। ਸਾਨੂੰ ਉਮੀਦ ਆ ਵੀ ਅੱਜ ਜਿਹੜੀ ਬੌੜੀ ਤੁਰ ਪਊਗੀ ਅਤੇ ਅਸੀਂ ਜਿਹੜੀ ਵੀ ਇਹਨਾਂ ਨੂੰ ਅੱਬਲ ਤਾਂ ਅਸੀਂ ਇਹ ਚਾਹੁੰਦੇ ਹਾਂ, ਅਰਦਾਸ ਬੇਨਤੀ ਕਰਦੇ ਹਾਂ ਵੀ ਪਰਮਾਤਮਾ ਕਰੇ ਵੀ ਕਿਸੇ ਨੇ ਉਹਨੂੰ ਛਾਲ ਮਾਰਦੇ ਦੇਖਿਆ ਨਹੀਂ ਅਤੇ ਉਹ ਸਹੀ ਸਲਾਮਤ ਆਪਣੇ ਪਰਿਵਾਰ 'ਚ। ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ। नंगल तो सिटी हलचल लई अशोक चोपड़ा दी रिपोर्ट। अभी के लिए बस इतना ही, मुझे दे इजाजत, आप देखते रहे सिटी हलचल, धन्यवाद। सैनी इलेक्ट्रॉनिक नंगल श्री अनंतपुर साहिब मुख्य मार्ग गांव ब्रह्मपुर, यहां आपको मिलेंगे एलजी और सैमसंग कंपनी के फ्रिज, एलसीडी, वॉशिंग मशीन, मोबाइल सहित अन्य इलेक्ट्रॉनिक सामान के अलावा सलीप बेल के गद्दे और क्रॉकरी का सामान भी, वह भी नए नए डिजाइनों और बाजार से सस्ते दाम पर। तो देर किस बात की है, जल्द पहुंचे सैनी इलेक्ट्रॉनिक गांव ब्रह्मपुर। हमारा फोन नंबर है 9876972127। संतोषगढ़ मेहतपुर रोड जिला ऊना में खुल गया है गणपति जिम एंड गणपति इंटरप्राइजेस। यहां आपको मिलेंगे फूड व प्रोटीन सप्लीमेंट, वो भी बाजार से काफी कम और थोक रेट पर। यहां बॉडी बिल्डर प्रतियोगिता के लिए खिलाड़ियों को तैयार भी किया जाता है। तो जल्द पहुंचे गणपति जिम एंड गणपति इंटरप्राइजेस। हमारा फोन नंबर 8523000037। चोपड़ा सिलाई मशीन एंड कॉस्मेटिक अड्डा मार्केट नंगल, यहां आपको मिलेगा कॉस्मेटिक का हर वो सामान जो ब्यूटी पार्लर, सैलून व महिलाओं के प्रतिदिन प्रयोग में आता है। यही नहीं, इसके अलावा सैलून की कुर्सियां, सोफा, दुल्हनों के लिए फैंसी चूड़ा, नेल आर्ट, आर्टिफिशियल ज्वेलरी, हेयर एक्सेसरी व सेंट इत्यादि बाजार से सस्ते व थोक दाम पर मिलते हैं। एक बार जरूर सेवा का मौका दें। हमारा फोन नंबर है 9815482433, दूसरा 9878888858। चोपड़ा सेविंग मशीन एंड कॉस्मेटिक्स, हमारे यहाँ पर सलून का सभी सामान मिलता है। हमारा पता, शॉप नंबर 16, अड्डा मार्केट, नंगल टाउनशिप, डिस्ट्रिक्ट रूपनगर। मोबाइल नंबर 9815482433, 9878888858।
क्या आप नजर अथवा धूप से बचने वाले चश्मे लगवाने की सोच रहे हैं, वो भी ब्रांडेड और बाजार से सस्ते दामों पर? तो सोच क्या रहे हैं, जल्द पहुंचे वशिष्ठ ऑप्टिकल नंगल संतोषगढ़, मुख्य मार्ग आजौली मोड़। यहां आपकी नजर ऑटोमेटिक मशीनों से जांच करने के उपरांत आपके चेहरे के हिसाब से चश्मा लगाया जाता है, वो भी चंद मिनटों में। और हाँ, नजर चेक करने की कोई फीस भी वसूल नहीं की जाती। हमारा फोन नंबर है 9915584190, तो जरूर एक बार सेवा का मौका दें। टाडा रोड संतोषगढ़ जिला ऊना में खुल गया है गणपति जिम एंड गणपति एंटरप्राइजेस, जहां आपको मिलेंगे फूड बो प्रोटीन सप्लीमेंट, वो भी बाजार से काफी कम और थोक रेट पर। हमारे यहां बॉडी बिल्डर प्रतियोगिता के लिए खिलाड़ियों को तैयार भी किया जाता है। तो जल्द पहुंचे गणपति जिम एंड गणपति एंटरप्राइजेस। हमारा फोन नंबर 8523000037, 9816980537, 85230037, 98169 80537।